ਫਾਈਨਲ ਮੈਚ ਦੀ ਜੀਤੋ ਵੱਡੀ ਮਾਂ ਦਾ ਦਿਲ ਥੱਕ ਥੱਕ ਕਰਦਾ ਕਿਹੜਾ ਵੱਧ ਰੇ ਨਾ ਪਾ ਕੇ ਵੱਧ ਨੰਬਰ ਖੜੇ ਵੇਖੋ ਵੱਧ ਕਿੱਥੇ ਅੱਜ ਕੌਣ ਖੜਦਾ ਦੁਨੀਆ ਵਾਲਿਓ ਪਤਾ ਹੈ ਅੱਜ ਲੱਗਣਾ 20,000 ਵਾਲਾ ਚੈੱਕ ਹੈ ਕੌਣ ਖੜਦਾ ਦੁਨੀਆ ਵਾਲਿਓ ਪਤਾ ਹੈ ਅੱਜ ਲੱਗਣਾ 20,000 ਵਾਲਾ ਚੈੱਕ ਹੈ ਕੌਣ ਖੜਦਾ ਹਾਂਜੀ ਜਨੇਦ ਸੌਰੀ ਜੀ ਅਹਿਮਦ ਭੱਟੀ ਅਹਿਮਦ ਭੱਟੀ ਦੀਆਂ ਰੇਡਾਂ ਲੋਕੀ ਵੇਖ ਰਹੇ ਏਡੀਆਂ ਚੁੱਕ ਕੇ ਨਾਰੇ ਉੜਦੇ ਪਰਸੀ ਦੇ ਫਿਰ ਵਿੱਚ ਹਵਾ ਦੇ ਰੋਕੇ ਵਾਗ ਵਜਾਉਣ ਦੇ ਜਾਂਦਾ ਭੱਟੀ ਵਾਗ ਦਿਖਾਉਣ ਦੇ ਆਉਂਦਾ ਇਹਦਾ ਰਸਤਾ ਕਿਹੜਾ ਰੋਕੂ ਕਿਹੜਾ ਇੱਕ ਪੁੱਤਰ ਬਾਲ ਆ ਹਾਂਜੀ ਅਮਰਾਜ ਜੱਗਾ ਵੀ ਤਿਆਰ ਆ ਧਾਨਾ ਮਹਿਰ ਨਾ ਹੋ ਗਈ ਤੱਕ ਹਾਏ ਹਾਏ ਤਾੜੀ ਮਾਰੋ ਵੀਰੇ ਤਾੜੀ ਮਾਰੋ ਬੈਠ ਆ ਜਾ ਜੀ ਅਹਿਮਦ ਭੱਟੀ ਸਾਹਿਬ ਇੱਧਰ ਮੇਰਾ ਵੀਰ ਹਾਜੀ ਟੈਂਟ ਵਾਲਾ ਛੋਟਾ ਵਾਲਾ ਦੁਕਾਨ ਜਿਹੜਾ ਵੀ ਗਰਾਊਂਡ ਦੇ ਵਿੱਚ ਆਏ ਆ ਇੱਧਰ ਆ ਜਾ ਮੇਰਾ ਵੀਰ ਇੱਥੇ ਵੀ ਆਉਣਾ ਹੀ ਆ ਜਾ ਮੇਰਾ ਵੀਰ ਸਟੇਜ ਤੇ ਵੀ ਆ ਜਨਾਬ ਚੌਦੇ ਸਰਜਾ ਸਾਹਿਬ ਬੈਠੇ ਆ ਹਾਂਜੀ ਚੱਲ ਤਾੜੀ ਪਾ ਕਬੱਡੀ ਕਬਰੂਆਂ ਦੇ ਸਿਰ ਸੱਜਣਗੇ ਹੁਣ ਤਾਜ ਕਬੱਡੀ ਦੇ ਘਰ ਘਰ ਹੋਣਗੇ ਹੁਣ ਰਾਜ ਕਬੱਡੀ ਦੇ ਖੇਡਾਂ ਹੋਰ ਵੀ ਬੜੀਆਂ ਨੇ ਪਰ ਅਠਾਰਾਂ ਨੇ ਕੁਝ ਨਹੀਂ ਚੰਗਾ ਲੱਗਦਾ ਬਾਹਰ ਕਬੱਡੀ ਆਏ ਹਾਏ ਪਵੈਂਟ ਕਾਲੀ ਦਾ ਹੋ ਗਿਆ ਪਵੈਂਟ ਅਠਾਰਾਂ ਗਜਿਆਣੀ ਦਾ ਹੋ ਗਿਆ ਹੈਲੋ ਲੱਗ ਜਾਣਾ ਹੁਣ ਲਾਗੋ ਜਨਾਬ ਨਵੀਨ ਸਰਿਆ ਸਾਹਿਬ ਸਰਬਾਨ ਸਰਿਆ ਸਾਹਿਬ ਕਮੇਟਰ ਦੀ ਫਿਰ ਹੌਸਲਾ ਅਫਜਾਈ ਉਹਨਾਂ ਦਾ ਕਹਿਣਾ ਕਿ ਵਿਕਾਸ ਸਰਿਆ ਸਾਹਿਬ ਮਿਹਰਬਾਨੀ ਸ਼ੁਕਰੀਆ ਕਿ ਜਿਹੜਾ ਇਸ ਮੈਚ 'ਚ ਬੱਬਰ ਸਿੰਘ ਨੂੰ ਜੱਫਾ ਨਹੀਂ ਹੋਏਗਾ ਇੱਕ ਇੱਕ ਹਜ਼ਾਰ ਰਨ ਹਾਏ ਹਾਏ ਭੱਟੀ ਜਨੇਦ ਭੱਟੀ ਉੱਧਰ ਵੀ ਮੁੰਡਾ ਗਿਆ ਸੀ ਭੱਟੀਆਂ ਦਾ ਗੌੜੀ ਪਾਉਣ ਵਾਸਤੇ ਚੱਲ ਭੱਟੀਆ ਪਾ ਕਬੱਡੀ ਕਿੰਨੇ ਸੋਹਣੇ ਡੌਲੇ ਤੇਰੇ ਉਹਦੀਆਂ ਸੋਹਣੀਆਂ ਟੋਰਾਂ ਨੇ ਤੂੰ ਬਾਹਾਂ ਇੰਜ ਖਿਲਾਰਦਾ ਜਿਵੇਂ ਪੱਗ ਖਿਲਾਰੇ ਬੋਲਾਂ ਨੇ ਬੋਲਾਂ ਤੇਰਾ ਬਾਹਾਂ ਖਿਲਾਰੀਆਂ ਪਵੈਂਟ ਡਬਲ ਟੈਸਟ ਦਾ ਸ਼ਰਾ ਬਲਾਵਲ ਕੱਲੂ ਜੱਟ ਦਾ ਹੋ ਗਿਆ ਪਵੈਂਟ 183 ਬਣਾ ਹੈਲੋ ਭਾਈ ਭਾਈ ਸ਼ਹਿਜ਼ਾਦ ਅਮਦਾ ਪਾਲੀ ਸਾਈਡ ਤੇ ਬੈਠੇ ਜਾ ਕੇ ਮੈਂ ਅੱਲਾ ਦੀ ਕਿਸਮੇ ਬੈਗ ਰੱਖ ਲੈਣਾ ਇੰਨੇ ਗਰਾਊਂਡ ਪਾਲੀ ਪਾਲੀ ਸਾਈਡ ਤੇ ਬੰਦੇ ਖੜੇ ਕਰਦੇ ਆ ਮੈਨੂੰ ਇਹ ਵਿੱਚ ਚਾਸ ਨਹੀਂ ਆਉਂਦੀ ਸਾਰੇ ਗਰਾਊਂਡ 'ਚ ਬੰਦੇ ਫਿਰ ਲੇਕਰ ਫਿਰ ਪਾਲੀ ਸਾਈਡ ਤੇ ਹਾਂਜੀ ਅਹਿਮਦ ਭੱਟੀ ਦੁੱਧ ਵਾ ਸਰੀਰ ਜਾਣੇ ਦੇ ਵਿੱਚ ਬੜੀਏ ਕੌਡੀ ਦੇ ਮੈਦਾਨ ਵਿੱਚ ਗੁੱਡੀਏ ਦੀ ਚੜੀਏ ਜਿੱਧਰੋਂ ਵੀ ਲੰਘੇ ਲੋਕੀ ਤੱਕਦੇ ਰਹਿੰਦੇ ਨੇ ਨਾ ਇਹਦਾ ਅਹਿਮਦ ਪਿਆਰ ਨਾਲ ਭੱਟੀ ਭੱਟੀ ਕਹਿੰਦੇ ਨੇ ਨਾ ਇਹਦਾ ਅਹਿਮਦ ਪਿਆਰ ਨਾਲ ਭੱਟੀ ਭੱਟੀ ਕਹਿੰਦੇ ਨੇ ਭੱਟੀ ਸਾਹਿਬ ਸਟੇਜ ਤੇ ਜਨਾਬ ਭੱਟੀ ਸਾਹਿਬ ਇੱਧਰ ਸਟੇਜ ਤੇ ਜਨਾਬ ਹਾਂਜੀ ਬਾਲੀ ਜੱਟ ਚਲੋ ਜੱਟਾ ਪਾ ਕਬੱਡੀ ਬਾਲੀ ਜੱਟ ਗਿਆ ਬਲਾਵਲ ਕੱਲੂ ਜੱਟ ਲੱਗ ਗਿਆ ਆਏ ਹਾਏ ਘੁੱਟ ਘੁੱਟ ਕੇ ਫੜ ਲਿਆ ਘੁੱਟ ਘੁੱਟ ਕੇ ਫੜ ਲਈ ਵੀ ਹਲੇ ਮੇਰੀ ਉਮਰ ਨਿਆਣੀ ਮੈਂ ਸੁਣਿਆ ਕਿਸ ਮੇਲੇ ਵਿੱਚ ਪੁੱਛਣਗੇ ਹਾਰ ਦੇ ਹਾਣੀ ਪਵੈਟ ਬਾਲੀ ਜੱਟ ਦਾ ਹੋ ਗਿਆ ਬਾਲੀ ਜੱਟ ਸਾਹਿਬ 100 ਰੁਪਈਆ ਇੱਧਰ ਆਓ ਜੀ ਜਨਾਬ ਚੌਦੇ ਸਰ ਜੱਟ ਸਾਹਿਬ ਬੈਠੇ ਪੂਰਾ ਮਾਣ ਸਨਮਾਨ ਕਰ ਰਹੇ ਪਲੇਅਰਾਂ ਦਾ ਮਿਹਰਬਾਨੀ ਮੁਹੱਬਤ ਦਾ ਬਹੁਤ ਸ਼ੁਕਰੀਆ ਬਾਲੀ ਜੱਟ 100 ਆ ਜਾ ਵੀ ਚੱਲ ਜਨੇਦ ਭੱਟੀ ਪਾ ਕਬੱਡੀ ਉਸਤਾਦ ਦੀ ਪੱਗ ਦਾ ਕਰਖਾ ਸ਼ਿਮਲਾ ਉੱਚਾ ਜਨੇਦ ਭੱਟੀ ਧਾਨੇ ਮੈਰ ਦਾ ਹੋ ਗਈ ਟੱਕਰ ਹਾਏ ਹਾਏ ਕਹਿੰਦਾ ਤੇਰੇ ਹੱਥ ਵਿੱਚ ਬਾਹ ਕਿਵੇਂ ਦੇਵਾ ਇਹ ਗੱਜ ਮਾਰੇ ਮਾਪਿਆਂ ਦੀ ਲੈ ਵੀ ਕੌਡੀ ਚੰਗੀ ਹੋ ਰਹੀ ਤੇ ਕਮੇਟੀ ਵਾਸਤੇ ਤਾੜੀ ਮਾਰਨ ਵਾਲੇ ਕਈ ਹੋਰ ਵੀ ਜਰਾ ਬੜੀ ਮਿਹਰਬਾਨੀ ਸ਼ੁਕਰੀਆ ਜੀ ਜਨਾਬ ਇਹ ਸਾਡਾ ਮੈਚ ਅੱਜ ਦੀ ਰਾਤ ਦਾ ਫਾਈਨਲ ਮੈਚ ਥਾ ਲੱਗਣੀ ਵਾਲਾ ਕਬੱਡੀ ਸ਼ਾਨ ਪੰਜਾਬੀਆਂ ਦੇ ਲਈ ਮੈਚ ਵਿਖਾਇਆ ਜਾ ਰਿਹਾ ਇਸ ਪੇਜ ਦੇ ਐਡਮਿਨ ਜਨਾਬ ਮੋਸਟ ਸੌਰੀ ਜੀ ਜਨਾਬ ਵਿਕਾਸ ਮੇਰਾ ਵੀਰ ਮੱਟੀ ਝਾੜੀਆਂ ਦਾ ਤਸ਼ੀਰ ਲੈ ਕੇ ਆਇਆ ਗਰਾਊਂਡ ਆਫ ਦੇ ਵੈਲਕਮ ਸਾਡੇ ਕਿਸੇ ਵੀ ਜੀਆਂ ਨੂੰ ਹਾਏ ਹਾਏ ਮੁੰਡਾ ਕਾਲੀ ਸਦਕੇ ਉਹ ਕਾਲੀ ਹਲਕੀ ਜੀ ਰਾਜ ਕਰਾਈ ਆ ਪਵੈਂਟ ਆਪਣੀ ਟੀਮ ਦੇ ਸਾਥ ਜੋੜਿਆ ਇੱਥੇ ਦਾ ਖਜਮਾਨਾ ਪਵੈਂਟ ਬੱਬਰ ਸ਼ੇਰਾ ਹੋ ਗਿਆ 100 ਰੁਪਈਆ ਦਾ ਲਾਈਨਰ ਜਨਾਬ ਚੌੜੀ ਅੱਛਾ ਜੱਟ ਕੋਲ ਆ ਜਾ ਮੇਰਾ ਵੀਰਾ ਦਾ ਹਾਂਜੀ ਅਹਿਮਦ ਭੱਟੀ ਚੱਲ ਭੱਟੀਆ ਪਾ ਕਬੱਡੀ ਰੱਬ ਨੇ ਚਾਹਿਆ ਤੇ ਇੱਕ ਦਿਨ ਹੋ ਜਾਏਗਾ ਇੰਜ ਗ੍ਰੇਟ ਰੱਬ ਸਰੀਰ ਸੰਭਾਲੀ ਰੱਖੀ ਪੂਰਾ ਪੂਰਾ ਰੇਟ ਇੰਗਲਿਸ਼ ਖੇਡਾਂ ਤੋਂ ਵੱਧ ਹੋਣਾ ਚੱਟ ਕੌਡੀ ਦਾ ਰੇਟ ਸੱਚੀ ਗੱਲ ਆਖਾਂ ਸਜਣਾ ਤੂੰ ਇਹ ਜੱਗ ਦਾ ਵੇਦ ਤਾਂ ਜੋ ਹੋਇਆ ਜੱਗ ਦੀਵਾਨਾ ਖੇਡ ਕਬੱਡੀ ਖੇਡ ਜਵਾਨਾ ਖੇਡ ਕਬੱਡੀ ਖੇਡ ਜਵਾਨਾ ਤਾੜੀ ਵੀਰ ਜੀ ਤਾੜੀ ਤਾੜੀ ਦੋਵਾਂ ਟੀਮਾਂ ਵਾਸਤੇ ਤਾੜੀ ਮਾਰਦੀਆਂ ਹਾਂਜੀ ਭੱਟੀ ਚੱਲੋ ਭੱਟੀਆ ਪਾ ਕਬੱਡੀ ਓਪਨ ਬੱਬਰ ਸ਼ੇਰ ਅੱਜ ਚਮਕ ਦੀ ਧਰਤੀ 18 ਗਜੇੜੇ ਦਾ ਓਪਨ ਕੌੜੀਆਂ ਪਾ ਰਿਹਾ ਬੱਬਰ ਸ਼ੇਰ ਹਾਏ ਹਾਏ ਸਾਰਾ ਹੀ ਕਮਾਲ ਤੇਰੇ ਛੋਟੇ ਕੱਦ ਦਾ ਲੱਗ ਗਿਆ ਬਾਜੂ ਜੱਟ ਨਾ ਸੁਣਿਆ ਹਾਏ ਹੋਏ ਸਦਕੇ ਹਲਕੀ ਦੀ ਰਾਜ ਕਰਾਈ ਬੱਬਰ ਸ਼ੇਰ ਨੇ ਭਵੈਣ ਫੌਜੀ ਸਲੀਮ ਦੀ ਟੀਮ ਦਾ ਹੋ ਗਿਆ ਭਵੈਣ ਤਾੜੀ ਮਾਰੋ ਵੀਰੇ ਤਾੜੀ ਮਾਰੋ ਦੋਵਾਂ ਟੀਮਾਂ ਵਾਸਤੇ ਤਾੜੀ ਮਾਰ ਬਾਈ ਨਾਲ ਸਟਾਪ ਚੱਲ ਗਈ ਥੈਂਕ ਯੂ ਹਾਂਜੀ ਹਾਏ ਹਾਏ ਜੱਗਾ ਫੁੱਲ ਬਦਮਾਸ਼ੀ ਹਾਏ ਹਾਏ ਤਾੜੀ ਖਾਣਾ ਰਿਹਾ ਕਿੱਥੇ ਚੱਲ ਗਈ ਦੇਖੋ ਜੀ ਰੈਫ ਸਾਹਿਬ ਬਿਲਕੁਲ ਜੱਜ ਕਰਨਾ ਉੱਤੇ ਹੋ ਗਏ ਜੱਗਾ ਲੱਗ ਗਿਆ ਅਮਰਾਨ ਜੱਗਾ 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 ਤੇ ਭੱਟੀ ਹਾਏ ਹਾਏ
ਅੱਗੇ ਦਾ ਹੋ ਗਿਆ ਜੀ ਜਗਾ ਜੀ ਇਧਰ ਆਓ ਜਗਾ ਜੀ ਇਧਰ ਆਓ ਇਧਰ ਆਓ ਕੁਸ਼ਤੀ ਤੇ ਵੀ ਆਓ ਜੀ ਜਗਾ ਜੀ ਇਧਰ ਵੀ ਆਓ ਹਾਂਜੀ ਸਾਹਿਬ ਪ੍ਰਵਾਨ ਨੇ ਵੀ 100 ਰੁਪਏ ਮਾਨ ਸਮਾਨ ਕੀਤੇ ਜੱਗੇ ਵਾਸਤੇ ਇੱਕ ਚੌੜੇ ਸ਼ਰ ਜੱਟ ਹਾਂ ਦੇਤੇ ਜੀ ਘੱਲ ਦਿੱਤੇ ਉਹ ਕੰਡਾ ਲੈ ਗਿਆ ਉਹ ਲੈ ਕੇ ਚਲ ਗਿਆ ਪਲੈਟ ਬਾਲੀ ਜੱਟਦਾ ਹੋ ਗਿਆ ਹੋਇਆ ਖਾਣਾ ਬਜਾਰੀ ਦਾ ਹੋ ਗਿਆ ਜੀ ਆ ਵੀ ਬਲੀਆ ਬਾਲੀ ਤੇਰਾ 100 ਮੇਰਾ ਵੀ ਰਾਜਾ ਚੌੜੇ ਸ਼ਰ ਜੱਟ ਲੋ ਹਾਂਜੀ ਅਹਿਮਦ ਭੱਟੀ ਚਲੋ ਪਟਿਆ ਪਾ ਕਬੱਡੀ ਮੈਂ ਦੁੱਲਾ ਪੱਟੀ ਮਾਰਦਾ ਹਾਏ ਹਾਏ ਮੇਰੀ ਮੂਲਾ ਭੁੱਲ ਆਏ ਜੱਗਾ ਵੀ ਤਿਆਰ ਆ ਢਾਨਾ ਮਹਿਰ ਵੀ ਤਿਆਰ ਆ ਕਿਹਦਾ ਮੁਕਾਬਲਾ ਹੋਏਗਾ ਇਸ ਬੱਬਰ ਸਿੰਘ ਦਾ ਹਾਏ ਹਾਏ ਢਾਨੇ ਦਾ ਹੋਈ ਟੱਕਰ ਢਾਨਾ ਹਾਏ ਹਾਏ ਕੀ ਬਾਤ ਆ ਕਬੈਂ 183 ਦਾਦਾ ਹੋ ਗਿਆ ਪੱਟੀ ਸਾਹਿਬ ਤੁਹਾਡਾ 100 ਆ ਗਿਆ ਵੀ ਨਹੀਂ ਕਰਾਓ ਉੱਥੋਂ ਬੰਦਾ ਘੱਲ ਲਿਆ ਕਰੋ ਪੱਟੀ ਸਾਹਿਬ ਮੁੰਡਾ ਘੱਲ ਲਿਆ ਕਰੋ ਹਾਂਜੀ ਜਨਾਬ ਚੌਰੀ ਅਕਸਰ ਚੜ ਸਾਹਿਬ ਲੈ ਕੇ 100 ਰੁਪਏ ਫਿਰ ਮਾਨ ਸਮਾਨ ਹੋਇਆ ਜੀ ਅਹਿਮਦ ਭੱਟੀ ਦਾ ਜੀ ਜਨਾਬ ਚੌਰੀ ਅਸ਼ਰਫ ਜੱਟ ਸਾਹਿਬ ਸਾਡੇ ਅੱਜ ਦੇ ਮੈਚ ਦੇ ਮਹਿਮਾਨ ਇੱਕ ਸੁਸੀ ਆ 500 ਰੁਪਏ ਕਮੈਂਟਰ ਦੀ ਹੌਸਲਾ ਅਫਜਾਈ ਜਨਾਬ ਚੌਰੀ ਅਕਸਰ ਜੱਟ ਸਾਹਿਬ ਬੜੀ ਮਿਹਰਬਾਨੀ ਸ਼ੁਕਰੀਆ ਜਨਾਬ ਪਰੇਰਾ ਦੀ ਵੀ ਹੌਸਲਾ ਅਫਜਾਈ ਬੜੀ ਮਿਹਰਬਾਨੀ ਸ਼ੁਕਰੀਆ ਜਨਾਬ ਚੌਰੀ ਅਸ਼ਰਫ ਜੱਟ ਦਾ 100 ਰੁਪਏ ਮਾਨ ਸਮਾਨ ਕੀਤਾ ਜਾ ਰਿਹਾ ਜੀ ਮਿਹਰਬਾਨੀ ਸ਼ੁਕਰੀਆ ਸਾਡੇ ਅੱਜ ਦੇ ਮੈਚ ਦੇ ਮਹਿਮਾਨ ਇੱਕ ਸੁਸੀ ਸਾਡੇ ਚੰਡੀ ਦੇ ਪ੍ਰਾਹੁਣੇ ਜਨਾਬ ਚੌਰੀ ਮੁਹੰਮਦ ਅਸ਼ਰਫ ਜੱਟ ਸਾਹਿਬ ਬੜਾ ਮਾਨ ਸਮਾਨ ਕਰ ਰਹੇ ਮਿਹਰਬਾਨੀ ਸ਼ੁਕਰੀਆ ਹਾਏ ਹਾਏ ਤੋਬਾ ਜੱਟ ਹਾਂਜੀ ਅਹਿਮਦ ਭੱਟੀ ਚਲੋ ਪਟਿਆ ਪਾ ਕਬੱਡੀ ਅਹਿਮਦ ਭੱਟੀ ਕੌਡੀ ਪਾਉਣ ਵਾਸਤੇ ਅੰਬ ਫਲਾਂ ਦਾ ਮੋਹਰੀ ਗਿਣਿਆ ਸਬਜ਼ੀਆਂ ਵਿੱਚ ਕਰੇਲਾ ਚਰੀ ਕਬਾਦ ਦੀ ਰੀਸ ਨਾ ਕੋਈ ਜੇ ਨਾ ਲੱਗੇ ਤੇਲਾ ਸੋਹਣੀ ਲੱਗਦੀ ਖੇਡ ਕਬੱਡੀ ਸੋਹਣੇ ਜੱਗ ਦਾ ਮੇਲਾ ਜਫਰ ਜਵਾਨੀ ਸਭ ਤੋਂ ਸੋਹਣੀ ਭੈਣ ਹੈ ਛੇਕਣ ਵੇਲਾ ਇਹ ਜਵਾਨੀ ਦੀਆਂ ਖੇਡਾਂ ਜੀ ਬਜ਼ੁਰਗੋ ਜਵਾਨੀ ਦੀਆਂ ਖੇਡਾਂ ਇੱਕ ਦੋ ਤਿੰਨ ਹਾਏ ਹਾਏ ਉਧਰ ਕੀ ਹੋਣ ਲੱਗ ਰਿਹਾ ਪਵੈਂਟ ਕਮੰਡਰ ਦਾ ਹੋ ਗਿਆ ਪਵੈਂਟ ਬਾਦੀ ਜੱਟ ਦਾ ਹੋ ਗਿਆ ਪਵੈਂਟ 18 ਗਜਾਈ ਦਾ ਹੋ ਗਿਆ ਪਵੈਂਟ ਉੱਪਰ ਬਬਰ ਸ਼ੇਰ ਦਾ ਹੋ ਗਿਆ ਜੀ ਕਬੱਡੀ ਪਾਉਣ ਵਾਸਤੇ ਬਬਰ ਸ਼ੇਰ ਬਿਲਕੁਲ ਤਿਆਰ ਬਣ ਤਿਆਰ ਆ ਹਾਂਜੀ ਜਨੇਦ ਭੱਟੀ ਚਲੋ ਭੱਟੀਆ ਪਾ ਕਬੱਡੀ ਕਾਰਖਾਨ ਸਤਾਰ ਦੀ ਪੱਗ ਦਾ ਸ਼ਿਮਲਾ ਉੱਚਾ ਜਨੇਦ ਭੱਟੀ ਕਹਿੰਦਾ ਜੀ ਇੰਨੇ ਸਗਲ ਸਵਾਲ ਨਾ ਪੁੱਛੋ ਅੱਜ ਕੱਲ ਹਾਜੀ ਸਾਹਿਬ ਸਾਡਾ ਹਾਲ ਨਾ ਪੁੱਛੋ ਸੋਚ ਹਲਾਰੇ ਖਾ ਜਾਂਦੀਏ ਕਸਮੇ ਭੱਟੀ ਦੀ ਚਾਹ ਨਾ ਪੁੱਛੋ ਜੱਗਾ ਹਾਏ ਜੱਗਿਆ ਉਹ ਪਰ ਬੱਬਰ ਸ਼ੇਰ ਜੀ ਚਵਨ ਦੀ ਧਰਤੀ ਤੋਂ ਤੁਹਾਡੇ ਮੈਂ ਨਾਲ ਪੂਰਾ ਸਾਥ ਦੇ ਰਿਹਾ ਬੱਬਰ ਸ਼ੇਰ ਫੌਜੀ ਸਲੀਮ ਦੀ ਟੀਮ ਤੱਕ ਬੱਬਰ ਸ਼ੇਰ ਜੀ ਅਬਾਦੀ ਅਕਾਲੀ ਸਰਾ ਪਵੈਟ ਜੱਗੇ ਦਾ ਹੋ ਗਿਆ ਪੱਟ ਥਾਪੀ ਮਾਰੀ ਉਂਗਲ ਖੜੀ ਕੀਤੀ ਪਵੈਟ ਜੱਗੇ ਦਾ ਜੱਗਾ ਸਾਹਿਬ 200 ਰੁਪਏ ਦਾ ਲਾ ਗਿਆ ਜਨਾਬ ਜਨਾਬ ਸਹੀਦ ਪਹਿਲਵਾਨਾਂ ਨੂੰ ਤੇ ਜਨਾਬ ਚੌਰੀ ਮੁਹੰਮਦ ਅਸ਼ਰਫ ਜੱਟ ਨੂੰ ਬੰਦਾ ਕਦੋਂ ਬੰਦਾ ਬੰਦਾ ਦੰਗ ਦੋ ਨਾ ਜਦੋਂ ਸਾਈ ਇੱਥੇ ਸਾਡੇ ਨਾਲ ਚੱਲ ਚੱਲੇ ਭਾਵੇਂ ਜਾਂਦੇ ਰੰਗੀ ਹੋ ਜੇ ਹਾਂਜੀ ਕਾਲੀ ਚਲੋ ਕਾਲੀ ਪਾ ਕਬੱਡੀ ਮੋਸਨ ਡੋਗਰ ਦੇ ਬੜੇ ਚੰਡੇ ਹੋਏ ਬੱਬਰ ਸ਼ੇਰਾ ਮੋਸਨ ਡੋਗਰ ਦੇ ਯਾਰ ਬੇਲੀ ਮਿੱਤਰ ਆਏ ਆ ਮੈਚ ਖੇਡਣ ਵਾਸਤੇ ਹਾਏ ਹਾਏ ਕਾਲੀ ਲੱਗ ਗਿਆ ਮੁੰਡਾ ਬੜਾ ਤਗੜਾ ਸਗਰ ਤੇ ਘੈਣ ਜਾਫੀ ਲੱਗ ਗਿਆ ਪਤਾ ਹਾਏ ਹਾਏ ਕੀ ਬਾਤ ਆ ਆ ਜਾ ਵੀਰ ਆ ਜਾ ਇੱਧਰ ਆ ਜਾ ਆ ਜਾ ਆ ਜਾ ਆ ਜਾ ਵੀਰ ਜੀ ਆ ਜਾ ਇਨਸ਼ਾਅੱਲਾ ਥੋਕ ਭੁੱਖ ਸਕਦਾ ਪੈਸੇ ਨਹੀਂ ਭੁੱਖ ਸਕਦੇ ਹਾਂਜੀ ਜਨਾਬ ਚੌਰੀ ਮੁਹੰਮਦ ਅਸ਼ਰ ਜੱਟ ਸਾਹਿਬ ਹਾਂਜੀ ਅਹਿਮਦ ਭੱਟੀ ਭੱਟੀ ਕਹਿੰਦਾ ਕੌਡੀ ਕੰਮ ਨਹੀਂ ਯਾਰ ਮੇ ਜੁੱਤਿਆਂ ਦਾ ਜੁੱਤ ਮੱਤ ਮੱਤਾ ਬਾਜੀ ਮਾਰ ਜਾਂਦਾ ਪਿੰਡ ਵਿੱਚ ਖੁਰਾਕਾਂ ਦੇ ਕਾਮੇ ਆਉਣਾ ਖਾਧਾ ਪੀਤਾ ਮੈਦਾਨ ਸਵਾਰ ਜਾਂਦਾ ਤੇ ਜਿਹੜਾ ਪੀਰ ਅਸਤਾਨ ਦਾ ਚੱਲਿਆ ਏ ਵਿੱਚ ਪਿੰਡ ਦੀ ਗੱਲ ਖਿਲਾਰ ਜਾਂਦਾ ਉਹ ਜਿਹਨੂੰ ਪੀਰ ਅਸਤਾਨ ਦੀ ਸਾਰ ਰਹੀ ਹੈ ਜਿੱਤੀ ਹੋਈ ਬਾਜੀ ਦੀ ਹਾਲ ਤਾੜੀ ਮਾਰੋ ਕਸਮ ਲੱਗੇ ਮੁੰਡੇ ਦਾ ਹੱਥ ਰੱਖਦੇ ਤਾੜੀ ਨਹੀਂ ਮਾਰਦੇ
ਯੋਗੀ ਪਾਣੀ ਮਾਰੋ ਅਹਿਮਦ ਪਰ ਸਾਹਿਬ ਹਾਂਜੀ ਪਾਲੀ ਜੱਟ ਚਾਲੋ ਜੱਟਾ ਪਾ ਕਬੱਡੀ ਪਾਲੀ ਜੱਟ ਗਿਆ ਕਬੱਡੀ ਪਾਉਣ ਵਾਸਤੇ ਪੱਥਰ ਸ਼ੇਰ ਤਿਆਰ ਬਾ ਤਿਆਰ ਆ ਬਲਾਵਲ ਕੱਲੂ ਵੀ ਤਿਆਰ ਆ ਅਨੋਮਾ ਪਹਿਲਵਾਨ ਨੂੰ ਮੇਰਾ ਹੋਈ ਟੱਕਰ ਹਾਏ ਹਾਏ ਕੀ ਬਾਤ ਆ ਨੋਮਾ ਜੱਟ ਲੱਗ ਗਈ ਆਪਣੇ ਬੱਕਰ ਦਾ ਬੜਾ ਤਗੜਾ ਬੱਬਰ ਸ਼ੇਰ ਆ ਢਾ ਕੇ ਰੱਖ ਲਿਆ ਥੱਲੇ ਤਾੜੀ ਮਾਰੋ ਰੇਂਜੀ ਭਵੈਣ ਜਾਫੀ ਦਾ ਹੋ ਗਿਆ ਜੀ ਪੈਰ ਨੋਮੇ ਪਹਿਲਵਾਨ ਦਾ ਹੋ ਗਿਆ ਭਵੈਣ 183 ਮਰਾਂ ਦਾ ਹੋ ਗਿਆ ਜਨੀਦ ਭੱਟੀ ਚਾਲੋ ਭੱਟੀਆ ਪਾ ਕਬੱਡੀ ਜਨੀਦ ਭੱਟੀ ਗਿਆ ਕੌੜੀ ਪਾਉਣ ਵਾਸਤੇ ਜਨੀਦ ਭੱਟੀ ਅਮਰਾਨ ਜੱਗਾ ਵੀ ਤਿਆਰ ਆ ਬਿਲਕੁਲ ਧਾਨਾ ਵੀ ਤਿਆਰ ਆ ਅਮਰਾਨ ਜੱਗੇ ਨਾਲ ਹੋਈ ਟੱਕਰ ਗੱਡੀ ਪਿੱਟੀ ਰੋਡ ਤੇ ਚੜ੍ਹ ਗਈ ਤੇ ਚੜ੍ਹ ਗਈ ਸਪੀਡ ਤਾਂ ਫੜ ਗਈ ਕੌੜੀ ਫੇਰ ਬਰਾਬਰ ਮੇਰਾ ਖਿਆਲ ਆ ਦੋ ਵੱਧ ਹਾਂਜੀ ਦੋ ਵੱਧ ਹੋ ਗਏ ਸੋਰੀ ਜੀ ਦੋ ਵੱਧ ਹੋ ਗਏ ਇੱਕ ਜੱਫਾ ਲੱਗਾ ਇੱਕ ਕੌੜੀ ਪਿੱਟੀ ਲੈ ਲਾ ਉਮਰ ਸਾਰੇ ਹਾਂਜੀ ਉਧਰ ਲੱਗ ਗਿਆ ਬਲਾਵਲ ਕੱਲੂ ਲੱਗ ਗਿਆ ਬਲਾਵਲ ਕੱਲੂ ਕੋਟ ਫਾਂਡਿਆ ਘੁੱਟ ਕੇ ਮੇਲੇ ਚੱਲਿਆ ਲਿਆ ਦੇ ਮੈਨੂੰ ਗੁਜਰਾ ਤੇ ਲੈ ਜਾ ਮੇਰਾ ਗੁੱਟ ਵੇਖ ਕੇ ਬੜਾ ਸੋਹਣਾ ਗੁੱਟ ਮਿਲਿਆ ਸਾਗ ਦੇ ਕੱਲੂ ਦਾ ਛੋਟਾ ਵੀਰ ਆਈ 191 ਮਰਾਂ ਦੀ ਧਰਤੀ ਆ ਨਾ ਮੁੰਡਾ ਬਲਾਵਲ ਕੱਲੂ ਤਾੜੀ ਮਾਰੋ ਵੀਰੋ ਤਾੜੀ ਮਾਰੋ ਤਾੜੀ ਬਲਾਵਲ ਕੱਲੂ ਦਾ ਹੋ ਗਿਆ ਪਵੈਂਟ 183 ਮਰਾਂ ਦਾ ਹੋ ਗਿਆ ਕੱਲੂ ਸਾਹਿਬ 100 ਰੁਪਏ ਦਾ ਆ ਗਿਆ ਜਨਾਬ ਬੰਦਾ ਕੱਲੂ ਕੱਲੂ ਸਾਹਿਬ ਤੁਹਾਡਾ 100 ਰੁਪਏ ਦਾ ਆਇਆ ਹਾਂਜੀ ਅਹਿਮਦ ਭੱਟੀ ਭਾਗਾਂ ਵਾਲੀ ਮਾਂ ਨੇ ਜਿਵੇਂ ਇਹ ਅਨਮੋਲ ਨਗੀਨਾ ਹੰਡਿਆਂ ਦੇ ਵੱਲ ਉੱਡਦਾ ਆਉਂਦਾ ਜਿਵੇਂ ਕਬੂਤਰ ਚੀਨਾ ਹਰ ਮੈਦਾਨ ਚ ਉੱਚਾ ਕੀਤਾ ਇਹਨੇ ਗੁਰੂ ਦਾ ਸੀਨਾ ਵਾਰਸ ਕਰੇ ਦਵਾਵਾਂ ਰੱਬਾ ਲੱਗੇ ਨਜ਼ਰ ਗੱਦੀਨਾ ਵਾਰਸ ਕਰੇ ਦਵਾਵਾਂ ਰੱਬਾ ਲੱਗੇ ਨਜ਼ਰ ਗੱਦੀਨਾ ਇਹ ਮਾਵਾਂ ਦੇ ਵਲੀ ਪੁੱਤਰਾਂ ਨਜ਼ਰ ਨਾ ਲੱਗੇ ਹਾਏ ਹਾਏ ਕੀ ਬਾਤ ਆ ਬਲਾਵਲ ਕੱਲੂ ਸਾਹਿਬ 100 ਰੁਪਇਆ ਆਇਆ ਜਾ ਮੇਰਾ ਵੀਰਾ ਹਾਂਜੀ ਭੱਟੀ ਚਲੋ ਭੱਟੀਆ ਹਾਏ ਹਾਏ ਪੰਜ ਲੇਕਿਨ ਪਵੈਟ ਭੱਟੀ ਦਾ ਹੋ ਗਿਆ ਪਵੈਟ ਉੱਪਰ ਬੱਬਰ ਸ਼ੇਰ ਦਾ ਹੋ ਗਿਆ ਪਵੈਟ ਚੀਚਾ ਬਦਲ ਕੇ ਬੱਬਰ ਸ਼ੇਰ ਦਾ ਹੋ ਗਿਆ ਰੇਡ ਪਾਉਣ ਵਾਸਤੇ ਜਨੀਦ ਭੱਟੀ ਜਨੀਦ ਭੱਟੀ ਚੱਲ ਪਏ ਜਿਸਾ ਛੱਡ ਜਵਾਨਾ ਲੱਗੇ ਨਾਜ ਕੱਟ ਜਵਾਨਾ ਪਲਟਾ ਸੋਹਣਿਆ ਇੰਦਾ ਮਾਰੀ ਰੱਖੇ ਤੈਨੂੰ ਜਾ ਜਵਾਨਾ ਪਲਟਾ ਸੋਹਣਿਆ ਇੰਦਾ ਮਾਰੀ ਰੱਖੇ ਤੈਨੂੰ ਜਾ ਜਵਾਨਾ ਜਨੀਦ ਭੱਟੀ ਗਿਆ ਜੀ ਕੌੜੀ ਪਾਉਣ ਵਾਸਤੇ ਲੱਗਿਆ ਮਰਾਨ ਜੱਗਾ ਮਰਾਨ ਜੱਗਾ ਹਾਏ ਹਾਏ ਮਰਾਨ ਜੱਗਾ ਕਹਿੰਦਾ ਭੱਜਣਾ ਜਾ ਛਿੜਾ ਕੇ ਬੜਾ ਔਖਾ ਜਦੋਂ ਡਾਢਿਆਂ ਦੇ ਨਾਲ ਮੇਲ ਪੈ ਜੇ ਕਿਵੇਂ ਬਣੇਗਾ ਕੀ ਮਜਾਲ ਉਸਦੀ ਜਿਸ ਲੱਕੜ ਤੇ ਮਿੱਟੀ ਦਾ ਤੇਲ ਪੈ ਜੇ ਉਸ ਰੁੱਖ ਨੇ ਕੀ ਹੋਸ਼ ਕਰਨੀ ਜਿਸ ਰੁੱਖ ਤੇ ਅੰਬਰ ਵੇਲ ਪੈ ਜੇ ਨਿਕਲ ਜਾਣ ਫਲਮਸਤੀਆਂ ਸਭ ਅਨਮਲ ਡਾਕੇ ਉਸ ਤੇ ਜਗਣ ਫੇਰ ਪੈ ਜੇ ਹਾਂਜੀ ਚੌਧਰੀ ਅਸ਼ਰਫ ਜੱਗ ਵੱਲੋਂ 500 ਰੁਪਏ ਜਗਿਆ ਤੇਰੇ ਵਾਸਤੇ ਆ ਜਾ ਮੇਰਾ ਵੀਰ ਤੇ ਜਨਾਬ ਸਹਿਲ ਪਹਿਲਵਾਨ ਵੱਲੋਂ 100 ਰੁਪਏ ਮਾਨ ਸਮਾਨ ਆ ਜੀ ਤਾੜੀ ਮਾਰੋ ਯਾਰ ਮਹਿਮਾਨ ਵਾਸਤੇ ਜਿੰਨੇ ਕੁ ਬੰਦੇ ਬੈਠੇ ਤਾੜੀ ਮਾਰੋ ਜ਼ੋਰ ਦੀ ਯਾਰ 500 ਰੁਪਏ ਮੈਂ ਮਾਨ ਸਮਾਨ ਕੀਤਾ ਆ ਜਗੇ ਵਾਸਤੇ ਆ ਵੀਰ ਜਗੇ ਦੇ ਪੈਸੇ ਲੈ ਜਾ 600 ਰੁਪਏ ਹਾਂਜੀ ਬਲਾਵਲ ਕੱਲੂ ਤੇ ਕਾਲੀ ਕਾਲੀ ਤੇ ਕੱਲੂ ਕਾਲੀ ਤੇ ਕੱਲੂ ਕਾਲੀ ਤੇ ਕੱਲੂ ਹਾਏ ਹਾਏ ਕੱਲੂ ਆ ਹਾਏ ਹਾਏ ਤੇ ਜਗੇ ਬਲਾਵਲ ਕੱਲੂ ਬਲਾਵਲ ਕੱਲੂ ਜਾਟਾ ਹਾਂਜੀ ਜਨੀਦ ਸੋਰੀ ਜੀ ਅਹਿਮਦ ਭੱਟੀ ਅਹਿਮਦ ਭੱਟੀ ਗਿਆ ਪਾਉਣ ਵਾਸਤੇ ਕੌਡੀ ਕਿੰਨੇ ਸੋਹਣੇ ਡੋਲੇ ਫੇਰੇ ਉਹਦੀਆਂ ਸੋਹਣੀਆਂ ਡੋਲਾਂ ਨੇ ਬਾਹਾਂ ਇੰਜ ਖਿਲਾਰਨਾ ਜਿਵੇਂ ਪੰਖ ਖਿਲਾਰੇ ਮੋਹਰਾਂ ਨੇ ਮੋਹਰਾਂ ਭਰਾ ਬਾਹਾਂ ਖਿਲਾਰੀਆਂ ਪੰਖ ਖਿਲਾਰੇ ਹੋਇਆ ਧਾਨਾ ਮੈਰ ਵੀ ਤਿਆਰ ਆ ਅਮਰਾਨ ਜੱਗਾ ਵੀ ਤਿਆਰ ਆ ਅਮਰਾਨ ਜੱਗੇ ਨਾਲ ਹੋਈ ਟੱਕਰ ਲੇਕਿਨ ਪਵੈਂਟ ਅਹਿਮਦ ਭੱਟੀ ਦਾ ਹੋ ਗਿਆ ਪਵੈਂਟ 183 ਮਰਾਂ ਦੇ ਖਾਤੇ ਫਾਤੇ ਹੋ ਗਿਆ ਪਵੈਂਟ ਬੱਬਰ ਸ਼ੇਰ ਦਾ ਹੋ ਗਿਆ ਕਬੱਡੀ ਪਾਉਣ ਵਾਸਤੇ ਬਾਲੀ ਜੱਟ
ਬਾਲੀ ਜੱਟ ਗਾਰੀ ਕੌਡੀ ਪਾਉਣ ਵਾਸਤੇ ਬਾਲੀ ਜੱਟ ਮੋਰੇ ਚਾਰ ਨੰਬਰ ਸ਼ੇਰਾ ਸ਼ੇਰਾ ਵੀ ਤਿਆਰ ਆ ਬਿਲਕੁਲ ਪਾਸ਼ਾ ਜੱਟ ਵੀ ਤਿਆਰ ਆ ਦੋਹਾਂ ਜੱਟ ਵੀ ਤਿਆਰ ਆ ਟੱਕਰ ਸ਼ੇਰੇ ਨਾਲ ਹੋ ਗਈ ਆ ਲੌਂਗ ਸਮੇਂ ਪਏ ਉਹ ਜਦੋਂ ਨੱਚਦਾ ਟੱਪਦਾ ਜੀ ਵੀ ਹੈ ਜੀ ਘੋੜਾ ਇੱਕ ਮਾਂ ਮਹਾਂ ਦੇ ਗੱਭਰੂ ਦੀ ਹੱਥ ਹੈ ਜਿਵੇਂ ਹਥੌੜਾ चंगे नहीं हो देना ही तेरा चंगे देसे चंगे नहीं हो दुनिया उत्ते हासे रखे नौकरे दासे चंगे नहीं हो ये कहड़ा लगा वीर जी ਭੱਟੀ ਚਲੋ ਭੱਟੀਆ ਪਾ ਕਬੱਡੀ ਅੱਗੇ ਚਾਰ ਨੰਬਰ ਸ਼ੇਰਾ ਉੱਪਰ ਨੰਬਰ ਸ਼ੇਰਾ ਇੱਕ ਕਣੀ ਦੇ ਢਾਲਾ ਮੈਂ ਚੀਚਾ ਉਹਨੂੰ ਧਰਤੀ ਇੱਕ ਕਣੀ ਦੇ ਮੁੰਡਾ ਅਮਰਾਜ ਜੱਗਾ ਧਾਲੀ ਮੈਂ ਨਾ ਹੋਈ ਟੱਕਰ ਬਲਾਲ ਵੱਲੋਂ ਵੀ ਤਿਆਰ ਆ ਬਲਾਲ ਵੱਲੋਂ ਸ਼ੇਰਾ ਜੱਟ ਨੌਵਾਂ ਜੱਟ ਕਾਸ਼ਵ ਜੱਟ ਨਾਲ ਟੱਕਰ ਹੋ ਗਈ ਆ ਨੌਵੇਂ ਜੱਟ ਨਾਲ ਲੇਕਿਨ ਪਵੈਂਟ ਬਾਲੀ ਜੱਟ ਦਾ ਹੋ ਗਿਆ ਪਵੈਂਟ ਅਠਾਰਾਂ ਗਜਿਆਣੀ ਦਾ ਹੋ ਗਿਆ ਪਵੈਂਟ ਕਮੇਟੀ ਦੀ ਟੀਮ ਦਾ ਹੋ ਗਿਆ ਅਮਰਾਨ ਜੱਗਾ ਵੀ ਬਿਲਕੁਲ ਤਿਆਰ ਆ ਧਾਨਾ ਮਹਿਰ ਵੀ ਤਿਆਰ ਆ ਅਮਰਾਨ ਜੱਗੇ ਨਾਲ ਹੋਈ ਟੱਕਰ ਧੌਣ ਤੇ ਹੱਥ ਰੱਖ ਲਿਆ ਅਮਰਾਨ ਜੱਗਾ ਦੇ ਭੱਟੀ ਭੱਟੀ ਦਾ ਹੋ ਗਿਆ ਹਾਸਲਪੁਰ ਦਾ ਬੱਬਰ ਸ਼ੇਰ ਦੇਖੋ ਜੀ ਕੀ ਬਣੇਗਾ ਅੱਲਾ ਜੀ ਨੂੰ ਦੇਗਾ ਹਾਏ ਹਾਏ ਸਦਕੇ ਅੰਦਰੇ ਪਾਈ ਹੀ ਜਾਂਦੀ ਹੈ ਪਵੈਟ ਕਾਲੀ ਦਾ ਹੋਗਾ ਤਾੜੀ ਮਾਰੋ ਯਾਰ ਤਾੜੀ ਆ ਮਜ਼ਾ ਆ ਗਿਆ ਤਾੜੀ ਮਾਰੋ ਮੁੰਡੇ ਵਾਸਤੇ ਬੜੀ ਸੋਹਣੀ ਕਬੱਡੀ ਪਾਈ ਨੰਬਰ ਸ਼ੇਰ ਨੇ ਕਬੈਟ ਇੱਧਰ ਆ ਕੇ ਤੇ 100 ਰੁਪਇਆ ਹੋਗਾ ਕਾਲੀ ਜਨਾਬ ਚੌਰੀ ਅਸ਼ਰਫ ਜੱਟ ਨੂੰ 100 ਰੁਪਇਆ ਇੱਧਰ ਆ ਗਿਆ ਅਹਿਮਦ ਭੱਟੀ ਅਹਿਮਦ ਭੱਟੀ ਗਿਆ ਜੀ ਕੌਡੀ ਪਾਉਣ ਵਾਸਤੇ ਚਾਰ ਦਿਨਾਂ ਦੀ ਰੁੱਟ ਜਵਾਨੀ ਉੱਡ ਉੱਡ ਜਾਣੀ ਹੁੰਦੀ ਹਰ ਹਾਣੀ ਦਾ ਹਾਰ ਹੈ ਹੁੰਦਾ ਕੱਚੀ ਢਾਣੀ ਹੁੰਦੀ ਹਾਏ ਹਾਏ ਹਰ ਇੱਕ ਰੁੱਤ ਦੀ ਇੱਕ ਜਹਾਨੀ ਹੁੰਦੀ ਸੱਜ ਸਿਆਣੇ ਆਪਦੇ ਵਾਰਸ ਲਾਤੇ ਹੀ ਰਾਣੀ ਹੁੰਦੀ ਤਾੜੀ ਮਾਰੋ ਅਹਿਮਦ ਭੱਟੀ ਵਾਸਤੇ ਰੋਡੀ ਜਿਹੜਾ ਦੋਵਾਂ ਟੀਮਾਂ ਵਾਸਤੇ ਤਾੜੀ ਮਾਰਨੀ ਵੀਰੇ ਕਜੋਸੀ ਨਹੀਂ ਕਰਨੀ ਇੱਕ ਮਿਹਮਾਨ ਟੀਮ ਹੈ ਇੱਕ ਮਹਿਮਾਨ ਟੀਮ ਹੈ ਬਾਲੀ ਜੱਟ ਬਾਲੀ ਜੱਟ ਗਿਆ ਕੌੜੀ ਪਾਉਣ ਵਾਸਤੇ ਹਾਂਜੀ ਪੁਆਇੰਟ ਕਿਹਦਾ ਹੋਇਆ ਹਾਂਜੀ ਕਬੱਡਰ ਦਾ ਹੋ ਗਿਆ ਪੁਆਇੰਟ ਬਾਲੀ ਜੱਟ ਦਾ ਹੋ ਗਿਆ ਜੀ ਸ਼ੇਪੀ ਜੱਟਾ ਵੀਰਾ ਨਾ ਮੁਜ਼ੱਫਰ ਜੱਟਾ ਅੱਗੇ ਧਾਨਾ ਮੈਰ ਵੀ ਤਿਆਰਾ ਜੱਗੀ ਨਾ ਹੋ ਗਈ ਟੱਕਰ ਜੱਗਾ ਹਾਏ ਹਾਏ ਜੱਗਾ ਘੁੱਟ ਘੁੱਟ ਕੇ ਫਾਇਆ ਜੱਗੇ ਨੇ ਲੇਕਿਨ ਦੇਖਣਾ ਹੋਏਗਾ ਕਮੈਂਟ ਕਿਹਦਾ ਬਣਦਾ ਮਜ਼ਫਰ ਜੱਟ ਸਾਹਿਬ ਆਓ ਜੀ 100 ਰੁਪਇਆ ਲੈਣ ਵਾਸਤੇ ਮਾਨ ਸਮਾਨ ਆ ਜੀ ਜਨਾਬ ਚੌਧਰੀ ਅਸ਼ਰਫ ਜੱਟ ਸਾਹਿਬ
ਹਾਂਜੀ ਸਾਡੇ ਮੈਚ ਦੇ ਮਹਿਮਾਨ ਅਕਸ਼ੀ ਸੀ ਜਨਾਬ ਚੌਰੀ ਅਸ਼ਰਫ ਜੱਬ ਸਾਹਿਬ ਹਰ ਪਲੇਅਰ ਦੀ ਹੌਸਲਾ ਹੋਈ ਮਿਹਰਬਾਨੀ ਸ਼ੁਕਰੀਆ ਜੀ ਜਨਾਬ ਚੌਰੀ ਅਸ਼ਰਫ ਜੱਬ ਸਾਹਿਬ ਉਹ ਮਜ਼ਾ ਆ ਗਿਆ ਕੌੜੀ ਦਾ ਕਮੇਟੀ ਵਾਸਤੇ ਤਾੜੀ ਮਾਰੋ ਇਹਨਾਂ ਜਿਹਨਾਂ ਨੇ ਇੰਨਾ ਖਰਚਾ ਕੀਤਾ ਜੋ ਵੀ ਤਾੜੀ ਮਾਰ ਦਿਓ ਅਹਿਮਦ ਭੱਟੀ ਆਏ ਹਾਏ ਦਾ ਅੰਡਾ ਮਹਿਰ ਅਮਰਾਨ ਜੱਗਾ ਆਏ ਹਾਏ ਪੂਰੀ ਪਟਾਕਿਆਂ ਵਾਲੀ ਕੌਡੀ ਚਲੋ ਭੱਟੀਆ ਪਾ ਕਬੱਡੀ ਦਾਨਾ ਮਹਿਰ ਦਾਨਾ ਮਹਿਰ ਲੱਗਿਆ ਲੇਕਿਨ ਫੜੈਣ ਅਹਿਮਦ ਭੱਟੀ ਦਾ ਇਸ਼ਾਰਾ ਮਾਰਦਾ ਕਹਿੰਦਾ ਮੇਰੇ ਉੱਤੇ ਚੜ ਗਈ ਜਵਾਨੀ ਇਸ਼ਾਰਾ ਮਾਰ ਕੇ ਰੱਖ ਨਹੀਂ ਹੈ ਬੜਾ ਨਹੀਂ ਤੂੰ ਇਸ ਨੂੰ ਸੰਭਾਲ ਪੂਰੀ ਦੁਨੀਆ ਦੇ ਅਮਰ ਜੱਟ ਸਾਹਿਬ ਜਨਾਬ ਅਮਰ ਜੱਟ ਸਾਹਿਬ ਪੂਰੀ ਦੁਨੀਆ ਦੇ ਲੈ ਮੈਚ ਚੱਲ ਰਿਹਾ ਹਾਂਜੀ ਅਹਿਮਦ ਭੱਟੀ ਅਹਿਮਦ ਭੱਟੀ ਖੜਕ ਦੇ ਡੌਲਿਆਂ 'ਚ ਪੈਂਦੀਆਂ ਨੇ ਛੱਲੀਆਂ ਜਦ ਦੀਆਂ ਰੇਡਾਂ ਲੋਕੋ ਜਾਂਦੀਆਂ ਨੇ ਝੱਲੀਆਂ ਸੋਹਣੀ ਪੌਂਦਾ ਪਿੰਡ ਵਿੱਚ ਰੇਡ ਮਿੱਤਰੋ ਲੋਕੀ ਉਂਗਲਾ ਕਰ ਕਰ ਪੁੱਛਦੇ ਨੇ ਕਿ ਗੱਭਰੂ ਕਿਹੜੇ ਪਿੰਡ ਦਾ ਏ ਲੋਕੀ ਉਂਗਲਾ ਕਰ ਕਰ ਪੁੱਛਦੇ ਨੇ ਕਿ ਮੁੰਡਾ ਕਿਹੜੇ ਪਿੰਡ ਦਾ ਏ ਡਾਟਾ ਮਹਿਰ ਲੱਗ ਗਿਆ ਬੜਾ ਸਖਤ ਤੇ ਘੈਂਟ ਜਾਫੀ ਲੱਗ ਗਿਆ ਡਾਟਾ ਮਹਿਰ ਉਹ ਛੱਡਦੇ ਕਿਹੜੀ ਵਿਸਲ ਹੋ ਗਈ ਗੋਲਾਂ ਦਿਆ ਪਵੈਂਟ ਕਾਮਨ ਹੋ ਗਿਆ ਜੀ ਪਵੈਂਟ ਕਹਿੰਦੇ ਜੀ ਕਾਮਨ ਹੋ ਗਿਆ ਜਨਾਬ ਸਲਮਾਨ ਅਸ਼ਰਫ ਜੱਟ ਸਾਹਿਬ ਪੂਰੀ ਹੌਸਲਾ ਅਫਜਾਈ ਹਾਂਜੀ ਤਾਲੀ ਤਾਲੀ ਆਇਆ ਜੀ ਕੌੜੀ ਪਾਉਣ ਵਾਸਤੇ ਟੱਕਰ 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 ਆਏ ਹਾਏ ਬੈਟ ਬਲਾਵਲ ਕਲੋ ਦਾ ਹੋ ਗਿਆ ਜੀ ਬੈਟ ਜਾਫੀ ਦਾ ਹੋ ਗਿਆ ਜੀ ਜਨਾਬ ਨਹੀਮਾ ਸਾਹਿਬ ਗਰਾਊਂਡ ਦਾ ਹਾਸਦਾਰ ਬਣਿਆ ਵੈਲਕਮ ਸੰਤ ਬਿਸਮਿਲ ਜੀ ਨੂੰ ਹਾਂਜੀ ਭੱਟੀ ਜਨੀਦ ਭੱਟੀ ਰਸਤੇ ਪਾਰੋਂ ਦੇ ਕਦੇ ਨਹੀਂ ਬੰਦਲ ਹੁੰਦੇ ਕੁਝੀਆਂ ਵਿੱਚ ਸਮੁੰਦਰ ਨਹੀਂ ਪਾਏ ਜਾਂਦੇ ਸੂਰਜ ਕਦੇ ਨਹੀਂ ਕੋਠੀ 'ਚ ਬੰਦ ਹੁੰਦਾ ਚੌਦੇ ਸੌ ਸਾਹਿਬ ਤਾਰੇ ਕਦੇ ਨਹੀਂ ਅੰਬਰੋਂ ਲਾਏ ਜਾਂਦੇ ਸੱਜਣ ਦਿਲਾਂ ਤੋਂ ਪੜਨੇ ਬੜੇ ਔਖੇ ਪੈਰੀ ਕਦੇ ਨਹੀਂ ਦਿਲੀ ਚੜਾਏ ਜਾਂਦੇ ਸੱਜਣ ਦਿਲਾਂ ਤੋਂ ਪੜਨੇ ਬੜੇ ਔਖੇ ਪੈਰੀ ਕਦੇ ਨਹੀਂ ਦਿਲੀ ਚੜਾਏ ਜਾਂਦੇ ਬੈਠ ਜੀ ਦਾ ਬਲੀਆ ਸਾਹਿਬ ਆਓ ਜੀ ਤੁਹਾਡਾ ਇੱਧਰੋਂ 100-100 ਰੁਪਈਆ ਮੈਂ ਫੜ ਵੀ ਲਿਆ ਇਹਦਾ ਮੇਰਾ ਵੀਰਾ ਗਾ ਜਨਾਬ ਚੌਰੀ ਅਸ਼ਰਫ ਜੱਟ ਸਾਹਿਬ ਜਨਾਬ ਸੈਦ ਪਹਿਲਵਾਨ ਸਾਹਿਬ ਵੱਲੋਂ ਇੱਕ ਇੱਕ 100-100 ਰੁਪਈਆ ਮਾਣ ਸਨਮਾਨ ਮਿਹਰਬਾਨੀ ਸ਼ੁਕਰੀਆ ਜੀ ਅਹਿਮਦ ਭੱਟੀ ਚਲੋ ਬਲੀਆ ਪਾ ਕਬੱਡੀ ਚਾਰ ਨੰਬਰ ਸ਼ੇਰਾ ਸ਼ਾਜ਼ੇ ਫਾੜ ਵੀ ਲੱਗ ਗਿਆ ਸ਼ੇਰਾ ਚੀਚਾ ਬੱਤੀ ਦਾ ਆਇਆ ਮਹਿਮਾਨ ਆਇਆ ਹਾਏ ਸ਼ੇਰਾ ਜਨ ਲੱਗ ਗਿਆ ਭਰੀਆਂ ਬਗਲਾ ਲੇਕਿਨ ਉਹ ਜਾਂਦਾ ਹੀ ਮੁੰਡਾ ਕਾ ਆਏ ਹਾਏ ਕਿਆ ਬਾਤ ਆ ਪੂਰੇ ਸਿੰਘ ਫਸੇ ਤਾੜੀ ਮਾਰੋ ਤਾੜੀ ਮਾਰੋ ਵੀਰ ਜੀ ਤਾੜੀ ਪਰ ਇਸ਼ਕ ਦੇ ਔਖੇ ਰਾਹ ਬਣੇ ਨੇ ਰਾਜਾ ਲੁਕ ਲੁਕ ਚੋਰੀਆਂ ਖਾਵੇ ਕੈਦੋ ਕੋਲ ਵੀ ਨਾ ਬਣੇ ਨੇ ਚਾਰੋਂ ਦਾ ਬਕੋਲ ਬੱਦਿਆਂ ਵਿੱਚ ਹਜ਼ਾਰ ਬਣੇ ਨੇ ਉਹ ਸੋਹਣੀਆਂ ਸ਼ਕਲਾਂ ਵਾਲੇ ਵੇਖੇ ਖੁੱਬੇ ਬੇਪਰਵਾਹ ਬਣੇ ਨੇ ਕਮੈਂਡ ਜਨੀਦ ਭੱਟੀ ਦਾ ਹੋ ਗਿਆ ਰੇਡ ਪਾਉਣ ਵਾਸਤੇ ਮੰਬਰ ਸ਼ੇਰ ਕਮੰਡਰ ਗਿਆ ਜੀ ਉਹ ਨਵੀਂ ਗਿਆ ਬਾਲੀ ਜੱਟ ਨਾਮ ਮੁੰਡੇ ਦਾ ਬਲਾਵਰ ਕਰੋ ਟੱਕਰ ਹੋ ਗਈ ਬਲਾਵਰ ਕੱਲੂ ਹਾਏ ਹਾਏ ਕਹਿੰਦਾ ਦਾ ਖੁੱਲਾ ਤੇਜ਼ ਹਵਾ ਦਾ ਨਹੀਂ ਤੇਰੀ ਚੁੱਕੀ ਨਾਲ ਜਾਊਂਗਾ ਤੇ ਪਿੱਛੇ ਪਿੱਛੇ ਭੱਜੇਗੀ ਤੇਰੇ ਹੱਥ ਨਾ ਬੱਲੀ ਆਊਂਗਾ ਪਵੈਂਟ ਬਾਲੀ ਜੱਟ ਦਾ ਹੋ ਗਿਆ ਕਿਆ ਰੇਡ ਪਾਉਣ ਵਾਸਤੇ ਅਹਿਮਦ ਭੱਟੀ ਅਹਿਮਦ ਭੱਟੀ ਗਿਆ ਜੀ ਰੇਡ ਪਾਉਣ ਵਾਸਤੇ ਅਹਿਮਦ ਭੱਟੀ ਬਹੁਤੀ ਤੇਜ਼ ਹਵਾ ਨਹੀਂ ਚੰਗੀ ਹੱਦੋਂ ਵੱਧ ਸਜਾ ਨਹੀਂ ਚੰਗੀ ਚੁੰਮ ਕੇ ਯਾਰ ਚੜਾ ਦਿੰਦੇ ਨੇ ਸੱਪਾ ਰਾਮ ਹਰ ਚੰਗੀ ਹਾਂਜੀ ਸਲਮਾਨ ਅਸ਼ਰਫ ਜੱਟ ਸਾਹਿਬ ਅਹਿਮਦ ਭੱਟੀ ਸਾਹਿਬ ਬੰਦਾ ਘੱਲੋ ਜੀ 100 ਰੁਪਈਆ ਹਾਏ ਹਾਏ ਕਾਸ਼ਫ ਜੱਟ ਕਾਸ਼ਫ ਜੱਟ ਲੱਗ ਗਿਆ ਉਸਤਾਦ ਉਲਫਤਾਰ ਪਹਿਲਵਾਨ ਦਾ ਪੁੱਤਰ ਲੱਗ ਗਿਆ ਜੀ ਮੁੰਡਾ ਸ਼ਹੀਦ ਕਬੱਡੀ ਕਲੱਬ ਦਾ ਬਾਬਰ ਸ਼ੇਰ ਜਾਫੀ ਲੱਗ ਗਿਆ ਜੀ ਅਹਿਮਦ ਭੱਟੀ ਦਾ 100 ਰੁਪਈਆ ਜੀ ਹਾਏ ਹਾਏ ਕਾਸ਼ਫ ਜੱਟ 183 ਮਰਾਦ ਦੀ ਧਰਤੀ ਆ ਮੁੰਡੇ ਦੀ ਰੈਫ ਦਾ ਫੈਸਲਾ ਵੇਖਣਾ ਹੋਇਆ ਜੀ
ਰੈਫਰੀ ਫੈਸਲਾ ਫਲੈਟ ਜਾਫੀ ਦਾ ਹੋ ਗਿਆ ਫਲੈਟ ਕਾਸ਼ਮ ਜਾਫੀ ਵੀਰ ਜੀ ਬਾਹਰੋਂ ਕੋਈ ਬੰਦਾ ਖੜਾ ਦਖਲਦਾਰੀ ਦੇਵੇ ਇਹ ਮਾਨ ਸਮਾਨ ਦਾ ਬੰਦਾ ਖੜਾ ਕੀਤਾ ਕਮੇਟੀ ਵਾਲਿਆਂ ਨੇ ਰੈਫਰੀ ਰੈਫਰੀ ਆਪੇ ਫੈਸਲਾ ਕਰ ਗਿਆ ਕੋਈ ਵੀ ਬੰਦਾ ਮਾਨ ਦਖਲਦਾਰੀ ਨਾ ਦੇਵੇ ਫਲੈਟ ਜਾਫੀ ਦਾ ਹੋ ਗਿਆ ਰਿਪੋਰਟ 183 ਮਾਲ ਦਾ ਹੋ ਗਿਆ ਰੇਡ ਫੋਰ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਆ ਮੁੰਡਾ ਜਦੀਦ ਪੱਟੀ ਕਹਿੰਦਾ ਜੀ ਮੇਰਾ ਫਕਰ ਤੇ ਨਾਜ ਕਮਾਲ ਕੌਡੀ ਮੇਰੇ ਦੇਸ਼ ਦਾ ਹਸਨ ਜਮਾਲ ਕੌਡੀ ਕੌਡੀ ਸ਼ੇਰ ਜਵਾਨਾਂ ਦਾ ਸ਼ੌਕ ਸੋਹਣਾ ਸ਼ਾਹ ਜੋੜੇ ਦੀ ਉੱਚੀ ਮਿਸਾਲ ਕੌਡੀ ਇਹ ਰੂਜ ਕਮਾਲ ਜਨਾਵਰਾਂ ਦਾ ਚੋਰਾ ਚੱਕਿਆ ਦਾ ਹੈ ਜਮਾਲ ਕੌਡੀ ਕੌਡੀ ਨਾਲ ਮੁਹੱਬਤਾਂ ਪੱਕੀਆਂ ਨੇ ਸਾਡੇ ਵਾਸਤੇ ਮਾਲ ਵੀ ਨਾਲ ਕੌਡੀ ਤਾੜੀ ਮਾਰੋ ਵੀਰੇ ਤਾੜੀ ਮਾਰੋ ਸਰਵਾਲ ਸਰਜਾ ਸਾਹਿਬ ਜਨਾਬ ਦਾਣਾ ਮਹਿਰ ਸਾਹਿਬ ਇੱਕ 500 ਰੁਪਏ ਮਾਨ ਸਮਾਨ ਕੀਤਾ ਗਿਆ ਜਨਾਬ ਸ਼ਹੀਦ ਪਰਿਵਾਰ ਸਾਹਿਬ 100 ਰੁਪਇਆ ਬੰਦਾ ਭੇਜੋ ਦਾਣਾ ਮਹਿਰ ਸਾਹਿਬ ਬੰਦਾ ਭੇਜੋ ਨਹੀਂ ਵੀਰ ਜੀ ਕੱਲ੍ਹ ਰੌਲਾ ਪੈ ਗਿਆ ਸੀਗਾ ਆ 600 ਰੁਪਏ ਦਾ ਹੋ ਗਿਆ ਹਾਂਜੀ ਚੱਲ ਬਈ ਬਬਰ ਸ਼ੇਰਾ ਪਾਕ ਮੰਡੀ ਮੁੰਡਾ ਗਿਆ ਬਾਲੀ ਜੱਟ ਹਾਏ ਹਾਏ ਬੜਾ ਉਜਲਾ ਸਾਹਿਬ ਮੁੰਡਾ ਚੀਚਾ ਬੱਤਰੀ ਦਾ ਦਾਣਾ ਮਹਿਰ ਸਾਹਿਬ 600 ਰੁਪਏ ਜਾਂਦਾ ਰਿਹਾ ਵੀਰ ਜੀ ਹਾਂਜੀ ਚਲੋ ਪੰਜਾਬ ਪਾ ਕਬੱਡੀ ਅਹਿਮਦ ਪੱਟੀ ਹੋ ਜਾਂਦੀ ਦੀਵਾਨੀ ਦੁਨੀਆ ਦੀ ਖੇਡ ਉੱਤੇ ਕਰਾਊਡ ਵਿੱਚ ਜਦੋਂ ਰੇਡਾ ਪਾਉਂਦਾ ਏ ਅੱਖ ਰੱਖਦਾ ਜਾਫੀਆਂ ਦੇ ਸ਼ੇਰ ਵਾਂਗੂ ਚੀਤੇ ਵਾਂਗ ਦਲੇਰੀ ਦਿਖਾਉਂਦਾ ਏ ਇਹ ਅਹਿਮਦ ਪੱਟੀ 83 ਚੱਕਦਾ ਕੈਪਟਨ ਬਣ ਕੇ ਦਿਲਾਂ ਨੇ ਛਾਉਂਦਾ ਏ ਕੈਪਟਨ ਬਣ ਕੇ ਦਿਲਾਂ ਨੇ ਛਾਉਂਦਾ ਏ ਮੁੰਡਾ ਕੈਪਟਨ 83 ਵਾਲਾ ਹਾਏ ਹਾਏ ਕੀ ਬਾਤ ਆ ਪਤਾ ਨਹੀਂ ਨਹੀਂ ਹੋਣੀ ਬੱਜੇ ਹੋ ਜਾਏ ਪੁਆਇੰਟ ਬਣ ਜਾ ਉਹ ਟਕਰੇ ਬੰਦ ਕਰਦੇ ਜਦੋਂ ਸਿੱਟੀ ਵਾਰੀ ਉਦੋਂ ਆ ਜਾ ਭਾਈ ਕੋਡੀ ਪਾ ਕਰ ਟਕਰੇ ਹਰ ਬੰਦੇ ਦਾ ਸਾਡੇ ਮੈਚ ਦੇ ਮਹਿਮਾਨ ਇੱਕ ਸੁਸੀ ਬਲਾਲ ਭਾਈ ਵੀ ਸਾਡਾ ਸਾਡੇ ਇਲਾਕੇ ਦੀ ਸ਼ਾਨ ਆਪਣੀ ਆਪ ਸਾਹਿਬ ਜਨਾਬ ਚੌਧਰੀ ਅਸ਼ਰਫ ਜੱਟ ਸਾਹਿਬ ਇੱਕ ਇੱਕ ਜੈ ਟੱਪੀ ਔਰ ਸਾਡੇ ਸਟੇਜ ਦੇ ਲਾੜੇ ਬਣੇ ਹੋਏ ਗੌਰਵ ਤੇ ਵੈਲਕਮ ਸਾਹਿਬ ਇਸ ਮੇਰੇ ਜੀ ਨੂੰ ਰੈਫ ਸਾਹਿਬ ਆਪਣੀ ਪੋਜੀਸ਼ਨ ਦੀ ਹੋਇਆ ਕਰੋ ਬੋਲੇ ਨੂੰ ਰੋਕਿਆ ਨਾ ਕਰੋ ਸਾਰੇ ਹੱਥ ਜੋੜ ਕੇ ਅਪੀਲ ਆ ਮਹਿਸੂਸ ਵੀ ਕਰਦਾ ਆਪਣੀ ਬਿਲਕੁਲ ਪੋਜੀਸ਼ਨ ਦੀ ਪੂਜਾ ਕਰੋ ਹਾਂਜੀ ਕਾਲੀ ਕਾਲੀ ਚਾਲੋ ਕਾਲੀ ਪਾ ਕਬੱਡੀ ਅੱਗੇ 4 ਨੰਬਰ ਸ਼ੇਰਾ 83 ਮਰਾ ਦੇ 2 ਨੰਬਰ ਦੇ ਦੋਵਾਂ ਜੱਟ ਤੇ ਸ਼ੇਰਾ ਜੱਟ ਕੰਨੀਆਂ ਬੰਨੀ ਹੋਈ ਹੈ ਇੱਕ ਬਲਾਵਰ ਕੱਲੂਏ ਇੱਕ ਕਣੀ ਕਾਸ਼ਮ ਜੱਟ ਨੇ ਕਾਸ਼ਮ ਜੱਟ ਨਾਲ ਟੱਕਰ ਹੋ ਗਈ ਕਾਸ਼ਮ ਜੱਟ ਤੇ ਬਾਲੀ ਆਏ ਹਾਏ ਕੋਲ ਫੜ ਲਿਆ ਮੁੰਡੇ ਨੇ ਜੱਫੀ ਪਾ ਲਈ ਆ ਫਸ ਗਈ ਜਾਂ ਸਕੰਜੀ ਅੰਦਰ ਜੋ ਵੇਲੇ ਵਿੱਚ ਗੱਡਾ ਜੇ ਕਾਲੀ ਹੋਏ ਛੁੱਟ ਕੇ ਜਾਵੇ ਫਿਰ ਤੈਨੂੰ ਮੈਂ ਮੰਨਾ ਪਵੈਂਡ ਵੇਖਣਾ ਹੈਗਾ ਫਿਰ ਟੀਮ ਦਿਖਾਉਂਦੇ ਆ ਜਨਾਬ ਸਾਡੇ ਵੀਰ ਬਲਾਲ ਖਾਨ ਪਠਾਨ ਘੜੀਆਂ ਤੱਕ ਹੋਏ ਬਲਾਲ ਖਾਨ ਪਠਾਨ ਨੇ ਕਿਸੇ ਨੇ ਦੱਸਿਆ ਕਿ ਪਵੈਂਡ ਜਾਫੀ ਦਾ ਹੋ ਗਿਆ ਜਾਂ ਵੀਰੇ ਪਿੱਛੇ ਹੋਏ ਜਾਂ ਪਿੱਛੇ ਹੋਏ ਯਾਰ ਆ ਪਿੱਛੇ ਹੋਏ ਯਾਰ ਤੁਸੀਂ ਪਿੱਛੇ ਹੋਏ ਜ਼ੱਬਰ ਜੱਟ ਇਹ ਜਿਹੜੇ ਜੱਫਾ ਲਾਇਆ ਜੀ ਵੀਰ ਜੀ ਉਸ ਦਾ ਛੋਟਾ ਭਾਈ ਆ ਕੌੜੀ ਪਾਉਣ ਵਾਸਤੇ ਜੱਫਰ ਜੱਟ ਉਸਤਾਦ ਜ਼ੁਲਫਕਾਰ ਪਹਿਲਵਾਨ ਦੇ ਪੁੱਤਰ ਆ ਜੀ ਤੀਸਰਾ ਬੁੱਟੀਆਂ ਤੇ ਬੈਠਾ ਮੁੰਡਾ ਉਹ ਘੁੱਟ ਕੱਢਿਆ ਜਿਹੜਾ ਇਹ ਤਿੰਨੇ ਵੀਰੇ ਜੀ ਲੈ ਕੇ ਸਲਾਮਤ ਰੱਖੇ ਗੁਰੂ ਨਾਨਕ ਪਾ ਬਜਾਏ ਜੱਗੇ ਦਾ ਹੋ ਗਈ ਟੱਕਰ ਹਾਏ ਹਾਏ ਜੱਗੇ ਨੇ ਧੌਰ ਤੇ ਹੱਥ ਲਾ ਕੇ ਮਾਰ ਲਈ ਉਹ ਕੈਂਚੀ ਹਾਏ ਹਾਏ ਜੱਗਾ ਲੱਗ ਗਈ ਇਹਦਾ ਚੀਰਾ ਲਗਾ ਜਿਵੇਂ ਦਾ ਦਲੋ ਕੀੜਾ ਲਗਾ ਜੱਗਾ ਤੇ ਮੁਜ਼ੱਫਰ ਜੱਟ ਜੱਗਾ ਤੇ ਮੁਜ਼ੱਫਰ ਜੱਟ ਜੱਗਾ ਤੇ ਜੱਟ ਜੱਗਾ ਤੇ ਜੱਟ ਕਹਿੰਦਾ ਜੱਗੇ ਨੇ ਤੈਨੂੰ ਨਹੀਂ ਭਜਰ ਦੇਣਾ ਇਹਦੇ ਅੱਗੇ ਖਾਸ ਨਜ਼ਰ ਸਰਕਾਰ ਦੀ ਏ ਜਿਹੜੀ ਟੀਮ ਵਾਲਾ ਜੱਗਾ ਖੇਡੇ ਗੋਡੀ ਉਹ ਟੀਮ ਕਰੀ ਨਾ ਹਾਰਦੀ ਜੱਗਾ ਸਾਹਿਬ 100 ਰੁਪਏ ਦਾ ਰੇਸ਼ਰ ਵੱਲੋਂ ਜਨਾਬ ਜੀ 100 ਰੁਪਇਆ ਚਾਰ ਸਿੰਘ ਪਹਿਲਵਾਨ ਨੂੰ ਜੱਗਾ ਸਾਹਿਬ 200 ਰੁਪਇਆ ਤਾਂ ਲੱਗਾ ਜੋ ਆਪਣੇ ਗੇਟ ਚ ਨਾ ਹੋਵੇ ਨਾਲ ਹਾਂਜੀ ਬਾਲੀ ਜੱਟ ਚਲੋ ਜੱਟਾ ਪਾ ਕਬੱਡੀ ਸ਼ੇਰਾ ਜੀ ਅੱਖ ਹੋਵੇ ਮੋਰਾ ਜੀ ਤੋਰ ਤੇ ਆਏ ਹਾਏ ਕਿੱਦਾਂ ਫੜ ਗਿਆ ਭਾਜੂ ਜੱਟ ਨੇ ਸ਼ੇਰਾ ਜੀ ਅੱਖ ਹੋਵੇ ਮੋਰਾ ਜੀ ਤੋਰ ਨਹੀਂ ਟੱਕਿਆ ਨਹੀਂ ਜਾਣਾ ਸਾਗੋ ਇੱਕ ਵਾਰੀ ਹੋਰ ਨਹੀਂ ਦੇਖ ਲਿਸ਼ ਕਰਾ ਜਾਂ ਦੌੜਿਆ ਦਾ ਪਤਾ ਨਾ ਖੇਡਾ ਕਬੱਡੀ ਹੈ ਪੋਤਾ ਹੀ ਜੱਟਾਂ ਦਾ ਤਾੜੀ ਮਾਰੋ ਬਾਲੀ ਵਾਸਤੇ ਕਸਮ ਹੈ ਗਾਣਾ ਬਾਤਾ ਹੀ ਨਾ ਮਾਰੇ ਜਨਾਬ ਨਵੀਰ ਪਰਿਵਾਰ ਵੱਲੋਂ ਇੱਕ ਇੱਕ 100 ਰੁਪਇਆ ਆ ਗਿਆ ਤੇਰਾ ਬਾਲੀ ਜੱਟ ਸਾਹਿਬ ਬੰਦਾ ਭੇਜ ਦਿਓ ਜਨਾਬ ਦਾ ਵਿਜੋੜਾ ਕਰੋ ਹਾਂਜੀ ਮੁੰਡਾ ਗਿਆ ਜੀ ਪੱਟੀਆਂ ਦਾ ਆਏ ਹਾਏ ਢਾਡਾ ਬਹਿਰ ਹਾਏ ਹਾਏ ਉਹਦਾ ਤਾਂ ਕੋਠੀ ਦੀ ਇਸ਼ਾਰਾ ਮਾਰਦਾ ਕਹਿੰਦਾ ਬਾਪੂ ਬਾਲੀ ਸਾਹਿਬ ਪਾਰਟੀਆਂ ਮੈਂ ਛੱਡੀ ਤੂੰ ਵੱਧ ਕਿਲੇ ਹੋਰ ਬਾਂਦੇ ਤੈਨੂੰ ਖੇਡ ਕੇ ਵਿਖਾਵਾਂਗਾ ਕਬੱਡੀ ਤੂੰ ਵੱਧ ਕਿਲੇ ਹੋਰ ਬਾਂਦੇ ਲੋਕੀ ਆਖਣ ਕੇ ਪੁੱਤ ਕਿਹਨੇ ਪਾਲਿਆ ਤੇਰੀ ਭੌਂ ਤੇ ਲੱਗੂਗੀ ਨਾ ਅੱਡੀ ਤੂੰ ਵੱਧ ਕਿਲੇ ਹੋਰ ਬਾਂਦੇ ਸ਼ੇਰਾ ਲੱਗ ਗਿਆ ਡਬਲ ਟੱਚ ਖੁੱਲ੍ਹ ਰਿਹਾ ਤੇ ਗੁਰ ਜੱਜ ਬਿਨਾ ਤਵੈਂਡ ਕਮੰਡਰ ਦਾ ਹੋ ਗਿਆ ਤਵੈਂਡ ਕਾਲੀ ਦਾ ਹੋ ਗਿਆ ਫਲੈਟ ਉੱਪਰ ਮਮਰ ਸ਼ੇਰ ਦਾ ਹੋ ਗਿਆ ਤਵੈਂਡ ਸਲੀਮ ਜੱਟ ਫੌਜੀ ਸਲੀਮ ਜੱਟ ਦੇ ਟੀਮ ਦਾ ਹੋ ਗਿਆ ਤਵੈਂਡ ਉੱਪਰ ਜੱਟ ਦੇ ਟੀਮ ਦਾ ਹੋ ਗਿਆ ਗਿਆ ਫੌਡੀ ਪਾਉਣ ਵਾਸਤੇ ਜਨੀਦ ਪੱਟੀ ਉਸਤਾਦ ਜ਼ੁਲਫਕਾਰ ਪਹਿਲਵਾਨ ਦਾ ਸਕਿੱਦਾ ਜੱਗੇ ਦਾ ਹੋ ਗਈ ਟੱਕਰ ਆਇਓ ਜੱਗਿਆ ਸਦਕੇ ਪੱਟੀਆਂ ਹਾਏ ਹਾਏ
ਭੱਟੀ ਦਾ ਹੋ ਗਿਆ ਜੀ ਭੱਟੀ ਸਾਹਿਬ 100 ਰੁਪਏ ਜਨਾਬ ਹਾਂਜੀ ਭੱਟੀ ਸਾਹਿਬ 100 ਰੁਪਏ ਦਾ ਲਾਇਆ ਜੀ ਜਨਾਬ ਸ਼ੌਰੀ ਸਲਵਾਨ ਅਸ਼ਰਫ ਜੱਟ ਸਾਹਿਬ ਵੈਲਕਮ ਜੀ ਆਏ ਹਾਏ ਸ਼ੇਰਾ ਲੱਗ ਗਿਆ ਸ਼ੇਰਾ ਵਾਲੀ ਜੱਟ ਸਦਕੇ ਉਹ ਵਾਲੀ ਸਦਕੇ ਸ਼ੇਰਾ ਪਵੈਟ ਦੇਖ ਰਿਹਾ ਹੈ ਗੱਡੀ ਵਿੱਚ ਖੜੀ ਦਾ ਪਵੈਟ ਵਾਲੀ ਜੱਟ ਦਾ ਹੋ ਗਿਆ ਇਹ ਹੁਣ ਕਿੱਥੋਂ ਆਈ ਹੁੰਦੀ ਪੂਰਾ ਹਾਂਜੀ ਮਜ਼ੱਬਲ ਜੱਟ ਮਜ਼ੱਬਲ ਜੱਟ ਗਿਆ ਜੀ ਕੌੜੀ ਪਾਉਣ ਵਾਸਤੇ ਮਜ਼ੱਬਲ ਜੱਟ ਮਜ਼ੱਬਲ ਜੱਟ ਗਿਆ ਉਸਤਾਦ ਰੁਫਤਾਰ ਪਹਿਲਵਾਨ ਦਾ ਲਖਤੇ ਜ਼ਿਕਰ ਗਿਆ ਕੌਡੀ ਪਾਉਣ ਵਾਸਤੇ ਉਧਾਨਾ ਮਹਿਰ ਵੀ ਬਿਲਕੁਲ ਫਰੈਸ਼ ਆ ਆਏ ਉਧਾਰਿਆ ਘੁੱਟ ਫਾਂਡਿਆ ਦਾ ਨਹੀਂ ਲੇਕਿਨ ਦੇਖੋ ਜੀ ਕੀ ਬਣੇਗਾ ਪਵੈਟ ਕਿਹੜੀ ਟੀਮ ਨੇ ਖਾਲੀ ਪਵੈਟ ਮਜ਼ੱਬਲ ਜੱਟ ਦਾ ਹੋ ਗਿਆ ਪਵੈਟ 83 ਮਰਾਹ ਦਾ ਹੋ ਗਿਆ ਪਵੈਟ ਉਸਤਾਦ ਰੁਫਤਾਰ ਪਹਿਲਵਾਨ ਦੇ ਲਖਤੇ ਜ਼ਿਕਰ ਦਾ ਹੋ ਗਿਆ ਕਾਲੀ ਗਿਆ ਜੀ ਕੌਡੀ ਪਾਉਣ ਵਾਸਤੇ ਕਾਲੀ ਚਲੋ ਕਾਲੀ ਪਾ ਕਬੱਡੀ ਆਏ ਹਾਏ ਬਲਾਵਲ ਕੱਲੂ ਜੱਟ ਲੱਗ ਗਿਆ ਧੌਣ ਤੇ ਰੱਖਿਆ ਹੀ ਹੱਥ ਆਏ ਹਾਏ ਬਲਾਵਲ ਕੱਲੂ ਜਿਹਦਾ ਗੁੱਟ ਫੜਦਾ ਏ ਲੱਗਦਾ ਏ ਜੰਨਾ ਮਾਰ ਕੇ ਧੌਣ ਤੇ ਪੈਰਾਂ ਦੇ ਵਿੱਚ ਸੁੱਟ ਲੈਂਦਾ ਜੇ ਬੰਦਾ ਮੇਰੇ ਜਿਹਦੇ ਖੜ ਜਾਂਦਾ ਏ ਰੋਕ ਦਿੰਦਾ ਏ ਸਾਵਾ ਦੌੜ ਭਾਰ ਜੇ ਹੋ ਗਏ ਸਾਈ ਭੱਜ ਭੱਜ ਲੱਭਣ ਲਾਵਾ ਤਾੜੀ ਮਾਰ ਦਿਓ ਪੰਜਾਬੀ ਵੀਰੋ ਤਾੜੀ ਮਾਰ ਦਿਓ ਪਵੈਟ ਬਲਾਵਲ ਕੱਲੂ ਜੱਟ ਦਾ ਹੋ ਗਿਆ ਪਵੈਟ 183 ਬਰਾਹ ਦਾ ਹੋ ਗਿਆ ਪਵੈਟ ਉੱਪਰ ਬੱਬਰ ਸ਼ੇਰ ਦਾ ਹੋ ਗਿਆ ਜੀ ਇਹ ਬੱਬਰ ਸ਼ੇਰ 183 ਬਰਾਹ ਦੇ ਉੱਪਰ ਖੇਡ ਰਿਹਾ ਜੀ ਹਾਂਜੀ ਜਰੀਦ ਭੱਟੀ ਚੱਲ ਭੱਟੀਆ ਪਾ ਹਾਂ ਕਬੱਡੀ ਉਸਤਾਦ ਦੀ ਪੱਗ ਦਾ ਸ਼ਿਮਲਾ ਕਰਖਾ ਉੱਚਾ ਉਸਤਾਦ ਗੁਰਤਾ ਪਹਿਲਵਾਨ ਦਾ ਬੜਾ ਛਿੱਦਾ ਸ਼ੇਰ ਦਾ ਮੁੰਡਾ ਨਾ ਜਰੀਦ ਭੱਟੀ ਆ 208 ਬਾਰ ਦੀ ਧਰਤੀ ਆ ਚੱਕੇ ਨਾ ਹੋਈ ਟੱਕਰ ਹਾਏ ਹਾਏ ਜੱਗਾ ਤੇ ਭੱਟੀ ਕਬੈਟ ਭੱਟੀ ਦਾ ਹੋ ਗਿਆ ਕਬੈਟ 183 ਬਰਾਹ ਦਾ ਹੋ ਗਿਆ ਪਾਲੀ ਜੱਟ ਬਿਲਕੁਲ ਪਿਆਰ ਮਾ ਪਿਆਰ ਆ ਚਲੋ ਪਾਲੀ ਪਾ ਕਬੱਡੀ ਮੋਰੇ 4 ਨੰਬਰ ਸ਼ੇਰਾ ਗਬਰੂ 83 ਬਰਾਹ ਦੇ ਕਾਸਮ ਜੱਟ ਵੀ ਬਿਲਕੁਲ ਪਿਆਰਾ ਮੁੰਡਾ ਅਸਲਮ ਜੱਟ ਵੀ ਪਿਆਰਾ ਭਾਜੋ ਜੱਟ ਵੀ ਪਿਆਰਾ ਨੋਮਾ ਪਰਵਾਨ ਵੀ ਪਿਆਰਾ ਅਸਲਮ ਜੱਟ ਦਾ ਹੋਵੇ ਟੱਕਰ ਲਾ ਕੇ ਸੁਣਿਆ ਪਰੇ ਆਉਂਦਾ ਜੱਜ ਦਾ ਟੱਪਦਾ ਜਿਵੇਂ ਹੈ ਜਿਵੇਂ ਘੋੜਾ ਇੱਕ ਵਾਰ ਬਹਾਰ ਦੇ ਗਬਰੂ ਦੀ ਹੱਥ ਹੈ ਜਿਵੇਂ ਹਥੌੜਾ ਬਾਲੀ ਜੱਟ ਸਾਹਿਬ 100 ਰੁਪਇਆ ਆ ਗਿਆ ਤੁਹਾਡਾ ਜੀ ਬਾਲੀ ਜੱਟ ਸਾਹਿਬ 100 ਰੁਪਇਆ ਜਨਾਬ ਹਾਂਜੀ ਮਜ਼ੱਬਲ ਜੱਟ ਮਜ਼ੱਬਲ ਜੱਟ ਗਿਆ ਜੀ ਕੌੜੀ ਪਾਉਣ ਵਾਸਤੇ ਮਜ਼ੱਬਲ ਜੱਟ ਉਸਤਾਦ ਜ਼ੁਲਫਕਾਰ ਪਹਿਲਵਾਨ ਦਾ ਪੁੱਤਰ ਉਧਾਨਾ ਬਿਲਕੁਲ ਫਰੈਸ਼ ਮੋਰਚਾ ਜੱਗਾ ਵੀ ਤਿਆਰ ਆ ਜੱਗੇ ਨਾਲ ਟੱਕਰ ਹੋ ਗਈ ਹਾਏ ਉਹ ਜੱਗਿਆ ਜੱਗਾ 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 ਤੇ ਮਜ਼ੱਬਲ ਜੱਗਾ ਤੇ ਮਜ਼ੱਬਲ ਹਾਏ ਹਾਏ ਪਵੈਟ ਮਜ਼ੱਬਲ ਇੱਧਰ ਆ ਇੱਧਰ ਲੱਗ ਹੋਈ ਆ ਲੱਗ ਹੱਕ ਮੰਗਦਾ ਵੀ ਤੇਰਾ ਹਜੇ ਤੱਕ ਨਾਮ ਉਸਤਾਦ ਜਾਣ ਡਿਆ ਸ਼ੇਰ ਦੁਆਰ ਸਾਹਿਬ ਕੋਲ ਦਾ ਹੱਕ ਮੰਗਦਾ ਜੀ ਸਲਮਾਨ ਹਾਂਜੀ ਉਹ ਅੱਗੇ ਵੀ ਚੱਲ ਰਿਹਾ ਇਹ ਮੇਰੀ ਆਉਣੀ ਨਾ ਫੜ ਲਈ ਕਿਤੇ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸਰ ਹਾਂਜੀ ਕਾਲੀ ਆਇਆ ਜੀ ਕੌੜੀ ਪਾਉਣ ਵਾਸਤੇ ਪੂਰੇ ਪੁੱਤਰ ਸ਼ੇਰ ਆਏ ਹਾਏ ਬਲਾਵਲ ਕੱਲੂ ਸਦਕੇ ਜਾਵਾ ਤੇਰੇ ਕੱਲੂ ਆ ਲੇਕਿਨ ਉਹ ਜਾਂਦਾ ਏ ਮੁੰਡਾ ਆਏ ਹਾਏ ਸਾਬਰ ਦੀ ਗੱਲ ਬੜੀ ਮਿਹਰਬਾਨੀ ਸ਼ੁਕਰੀਆ ਜੀ ਆ ਹੈ ਜਨੀਦ ਭੱਟੀ ਤੇ ਜੱਗਾ ਭੱਟੀ ਤੇ ਜੱਗਾ ਆਏ ਹਾਏ ਜੱਗਿਆ ਸਦਕੇ ਸਦਕੇ ਭੱਟੀਆ ਲੇਕਿਨ ਪਵੈਟ ਭੱਟੀ ਦਾ ਹੋ ਗਿਆ ਪਵੈਟ 183 ਬਰਾਹ ਦਾ ਹੋ ਗਿਆ ਪਵੈਟ ਬੱਬਰ ਸ਼ੇਰ ਭੱਟੀ ਦਾ ਹੋ ਗਿਆ ਹਲਕੀ ਜੀ ਸੱਟ ਲੱਗੀ ਜੀ ਮੁੰਡੇ ਨੂੰ ਬੱਬਰ ਸ਼ੇਰ ਨੂੰ ਅੱਲਾ ਸੱਟ ਪੇਟ ਤੋਂ ਬਚਾਏ ਪਵੈਰ ਦੱਸੋ ਜੀ ਚੌੜੀ ਅਸਰ ਜੱਟ ਸਾਹਿਬ ਦਾ ਕਹਿਣਾ ਪਵੈਰ ਦੱਸੋ ਬਾਲੀ ਦੇ ਬਾਜੂ ਬਾਲੀ ਦੇ ਬਾਜੂ ਆਇਓ ਬਾਜੂ ਆਇਓ ਬਾਲੀ ਸਦਕੀ ਆ ਬਾਲੀ ਆਓ ਜਾਂਦਾ ਹੀ ਆਏ ਹਾਂ ਪਵੈਰ ਵੀਰ ਜੀ ਪਵੈਰ ਸਾਡੇ ਮਹਿਮਾਨ ਚ ਤੁਸੀਂ ਕਹਿ ਰਹੇ ਕਿ ਪਵੈਰ ਦੱਸੋ ਕੱਤੀ 40 ਹੈ ਜੀ ਕੱਤੀ ਪੁਆਇੰਟ 18 ਯਾਨੀ 40 ਪੁਆਇੰਟ 83 ਬਰਾਦ ਜੀ ਢਾਡਾ ਹਾਇਓ ਧਾਨਿਆ ਹਾਇਓ ਜਗਿਆ ਢਾਡਾ ਮੁੰਡਾ ਮਜ਼ੱਬਲ ਜੱਟਾ ਛੋਟੀ ਜੀ ਉਮਰ ਅੱਗੇ ਬੜਾ ਤਗੜਾ ਸਗਨ ਦੇ ਘੈਂਟ ਜਾਫੀ ਲੱਗ ਗਿਆ ਢਾਡਾ ਮਹਿਲ ਲੱਗ ਗਿਆ ਹਾਏ ਹਾਏ ਲਾਗਵਾਂ ਦਾ ਦੀਨ ਆ ਫੌਜੀ ਸਲੀਮ ਦਾ ਢਾਡਾ ਮਹਿਲ ਲੇਕਿਨ ਪੁਆਇੰਟ ਮਜ਼ੱਬਲ ਜੱਟਦਾ ਹੋ ਗਿਆ ਪੁਆਇੰਟ ਦੇਖਣਾ ਹੋ ਗਿਆ ਜੀ ਪੁਆਇੰਟ ਦੇਖਣਾ ਹੈਗਾ ਵਾਲੇ 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 ਵ
ਰੈਫ ਦਾ ਫੈਸਲਾ ਦੇਖ ਲਾ ਜੀ ਰੈਫ ਦਾ ਫੈਸਲਾ ਦੇਖ ਕੇ ਪਤਾ ਲੱਗੇਗਾ ਜੀ ਪਵੈਟ ਜਾਫੀ ਦਾ ਹੋ ਗਿਆ ਜੀ ਪਵੈਟ ਦਾ ਵੀ ਮਹਿਰ ਦਾ ਹੋ ਗਿਆ ਜੀ ਹਾਂਜੀ ਗਿਆ ਜੀ ਕੋਡੀ ਵਾਲ ਵਾਸਤੇ ਕਾਲੀ ਚੱਲ ਕਾਲੀ ਪਾ ਕਬੱਡੀ ਪੂਰੇ ਬੱਬਰ ਸ਼ੇਰ ਪੂਰੀਆਂ ਘੂੜੀਆਂ ਪਾਉਂਦੇ ਆ ਸ਼ੇਰਾ ਜੱਟ ਵੀ ਤਿਆਰ ਆ ਅਸਲਮ ਜੱਟ ਵੀ ਤਿਆਰ ਆ ਕਾਸ਼ਮ ਜੱਟ ਵੀ ਤਿਆਰ ਆ ਹਾਏ ਹਾਏ ਬਲਾਵਲ ਕੱਲੂ ਜੱਟ ਵੀ ਤਿਆਰ ਆ ਕਿਹਦਾ ਟੱਕਰ ਹੋਏਗੀ ਬੱਬਰ ਸ਼ੇਰ ਚਾਹ ਪਿਆਰ ਦਾ ਪਿਆਰਾ ਅੱਗਿਓਂ ਵੀ ਮੁੰਡਾ ਘਾਟ ਨੇ ਚੀਜ਼ਾਂ ਵਰਤਣੀ ਧਰਤੀ ਆ ਉੱਪਰ ਮਿਲ ਗਈ ਆ ਕਾਸ਼ਮ ਜੱਟ ਦਾ ਟੱਕਰ ਹੋ ਗਈ ਆ ਮੁੰਡ ਫੜ ਲਿਆ ਦੇਖ ਲਓ ਲੰਘ ਸੁਦੇ ਪਰਾ ਕਾਸ਼ਮ ਜੱਟ ਤੇ ਕਾਲੀ ਹਾਏ ਕਾਲੀ ਕਾਲੀ ਤੇ ਕਾਸ਼ਮ ਜੱਟ ਕਾਲੀ ਤੇ ਕਾਸ਼ਮ ਜੱਟ ਲੇਕਿਨ ਫਵੈਟ ਕਾਲੀ ਤਾਂ ਹੋ ਗਿਆ ਉੱਪਰ ਬੱਬਰ ਸ਼ੇਰ ਦਾ ਹੋ ਗਿਆ ਆ ਜਾ ਵੀਰ ਪਾਣੀ 100 ਰੁਪਇਆ ਜਨਾਬ ਚੌਰੀ ਅਸਰ ਜੱਟ ਲਓ